ਸ਼ੁੱਕਰਵਾਰ ਨੂੰ 12:30 ਦੇ ਲਗਭਗ ਬਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਆਲ ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਕੀਤਾ ਗਿਆ ਅੱਜ ਬੰਦ ਦਾ ਸਮਰਥਨ ਅਤੇ ਨਾਲ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ। ਇਸ ਮੌਕੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਸੈਂਟਰ ਸਰਕਾਰ ਵੱਲੋਂ ਸਾਡਾ ਮਾਣ ਭੱਤੇ 'ਚ ਜੋ ਸੀ ਉਹ ਦੇ ਦਿੱਤਾ ਗਿਆ, ਲੇਕਿਨ ਸਟੇਟ ਸਰਕਾਰ ਵੱਲੋਂ 11 ਮਹੀਨੇ ਸਾਡਾ ਮਾਣ ਭੱਤਾ ਰੋਕਿਆ ਗਿਆ ਹੈ ਅਤੇ ਇਸ ਦੇ ਨਾਲ ਨਾਲ ਜਿਹੜੇ ਬੱਚੇ ਹਨ ਸਾਡੇ 3 ਤੋਂ 5 ਸਾਲ ਦੇ ਜੋ ਇਹਨਾਂ ਵੱਲੋਂ ਆਪਣਾ ਸਰਕਾਰੀ ਸਕੂਲਾਂ ਦੇ ਵਿੱਚ ਲਿਜਾਏ ਗਏ ਹਨ ਉਹ ਸਾਡੇ ਸੈਂਟਰਾਂ ਦੇ ਵਿੱਚ ਵਾਪਸ ਕੀਤੇ ਜਾਣ, ਨਹੀਂ ਤਾਂ ਉਹਨਾਂ ਵੱਲੋਂ ਸਟੇਟ ਕਮੇਟੀ ਦੇ ਫੈਸਲੇ ਦੇ ਅਨੁਸਾਰ ਆਉਣ ਵਾਲੇ ਦਿਨ ਦੇ ਵਿੱਚ ਸੰਘਰਸ਼ਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੇਰਾ ਨਾਮ ਜਸਵੀਰ ਕੌਰ ਹੈ ਜੀ, ਮੈਂ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਅਤੇ ਪੰਜਾਬ ਤੋਂ ਹਾਂ ਅਤੇ ਅਸੀਂ ਜਿਹੜਾ ਅੱਜ ਆਪਣਾ ਜਿਹੜਾ ਹੈਗਾ ਸਾਰੀਆਂ ਟ੍ਰੇਡ ਯੂਨੀਅਨਾਂ ਨੇ ਕਿਸਾਨ ਜਥੇਬੰਦੀਆਂ ਨੇ ਅੱਜ ਬੰਦ ਦਾ ਐਲਾਨ ਕੀਤਾ ਹੋਇਆ, ਅਸੀਂ ਉਹਦਾ ਸਮਰਥਨ ਕਰਦੇ ਹੋਏ ਅਤੇ ਅਸੀਂ ਆਪਣਾ ਜਿਹੜਾ ਹੈਗਾ ਰੋਸ ਜਤਾਉਣ ਵਾਸਤੇ ਅਸੀਂ ਅੱਜ ਇੱਥੇ DC ਆਫਿਸ ਦੇ ਬਾਹਰ ਅਸੀਂ ਅੱਜ ਆਏ ਹੋਏ ਹਾਂ ਅਤੇ ਅਸੀਂ ਆਪਣਾ ਜਿਹੜਾ ਹੈਗਾ ਉਹ ਇੱਕ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਭੇਜਣਾ। ਸਾਡੇ ਮਾਮਲੇ ਜੀ ਦੇਖੋ ਸਭ ਤੋਂ ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂਗੇ ਵੀ ਸਾਡੇ ਸੈਂਟਰਾਂ ਨੂੰ ਜਿਹੜੀ ਆਂਗਨਵਾੜੀ ਸੈਂਟਰਾਂ ਨੂੰ ਢਾਅ ਲਾਉਣ ਵਾਸਤੇ ਇੱਕ ਸਰਕਾਰ ਨੇ ਨੀਤੀ ਬਣਾਈ ਹੈ ਜੋ ਕਿ ਕਿਸੇ ਵੀ ਸਟੇਟ ਦੇ ਵਿੱਚ ਨਹੀਂ ਹੈਗਾ, ਇਹ ਕਿ ਜਿਹੜੇ 3.5 ਸਾਲ ਦੇ ਬੱਚੇ ਨੇ ਉਹ ਸਾਡੇ ਸੈਂਟਰਾਂ ਦੇ ਵਿੱਚੋਂ ਸਾਡੀਆਂ ਸੈਂਟਰਾਂ ਦੀਆਂ ਜਿਹੜੀਆਂ ਉੱਥੋਂ ਦੀਆਂ ਖੁਸ਼ੀਆਂ ਨੇਗੀਆਂ ਸੈਂਟਰਾਂ ਦੀਆਂ ਜਿਹੜੀਆਂ ਅਸੀਂ ਉਹਨਾਂ ਨੂੰ ਸੇਵਾਵਾਂ ਦੇ ਰਹੇ ਹਾਂ ਉਹ ਸੇਵਾਵਾਂ ਨੂੰ ਖਤਮ ਕਰਨ ਵਾਸਤੇ ਇੱਕ ਜਿਹੜੀ ਸਟੇਟ ਗਵਰਨਮੈਂਟ ਨੇ ਪਾਲਿਸੀ ਬਣਾਤੀ ਤੇ ਉਹਦੇ ਤੇ ਪੱਕੀ ਮੋਹਰ ਹੀ ਲਾਤੀ ਵੀ ਉਹ ਸਕੂਲਾਂ ਦੇ ਵਿੱਚ ਹੀ ਬੱਚੇ ਐਡਮਿਸ਼ਨ ਹੋਊਗੀ। ਹਾਲਾਂਕਿ ਇਹ ਨਹੀਂ ਪਤਾ ਹੈਗਾ ਵੀ ਸਕੂਲਾਂ ਦੇ ਵਿੱਚ ਪ੍ਰੋਪਰ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਜਾਂਦੇ ਵੀ ਹੈ ਕਿ ਉਹ ਪ੍ਰਾਈਵੇਟ ਸਕੂਲਾਂ 'ਚ ਭੇਜਦੇ ਆ ਬੱਚਿਆਂ ਨੂੰ, ਪਰ ਇੱਕ ਸਰਕਾਰ ਨੇ ਇਹ ਪਾਲਿਸੀ ਬਣਾਤੀ। ਪਰ ਇਹ ਅਸੀਂ ਇਸ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਕਿਉਂਕਿ ਸੈਂਟਰ ਸਰਕਾਰ ਤਾਂ ਇਹ ਕਹਿ ਰਹੀ ਹੈ ਵੀ ਪ੍ਰੀ ਨਰਸਰੀ ਟੀਚਰ ਦਾ ਦਰਜਾ ਆਂਗਨਵਾੜੀ ਵਰਕਰ ਨੂੰ ਦੇਣਾ ਹੈਗਾ। ਜਦੋਂ ਆਂਗਨਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇਣਾ ਹੈ ਤਾਂ ਸਾਡੀ ਜਿਹੜੀ ਸਟੇਟ ਗਵਰਨਮੈਂਟ ਹੈਗੀ, ਅਸੀਂ ਭਗਵੰਤ ਮਾਨ ਸਾਹਿਬ ਨੂੰ ਇਹੀ ਕਹਾਂਗੇ, ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਸਾਡੇ ਜਿਹੜੇ ਆਂਗਨਵਾੜੀ ਸੈਂਟਰਾਂ ਦੇ ਬੱਚੇ ਨੇ ਉਹ ਸਾਡੇ ਆਂਗਨਵਾੜੀ ਸੈਂਟਰਾਂ 'ਚ ਹੀ ਰਹਿਣ ਦਿੱਤੇ ਜਾਣ। ਹੋਰ ਸਾਡੀਆਂ ਮੰਗਾਂ ਤਾਂ ਜੀ ਮੇਨ ਤਾਂ ਸਾਡਾ ਬਠਿੰਡਾ ਬਲਾਕ ਦੀ ਮੰਗ ਇਹ ਹੈ ਵੀ ਦੇਖੋ ਸਾਰੀਆਂ ਸਟੇਟਾਂ ਜਿਵੇਂ ਵੀ ਆਪਣਾ ਸ਼ੇਅਰ ਹੈ ਉਹ ਦੇ ਰਹੀਆਂ ਨੇ, ਪਰ ਸਾਡੇ ਨਾਲ ਇਹ ਕਿਉਂ ਸਲੂਕ ਕੀਤਾ ਜਾ ਰਿਹਾ ਕਿ ਬਠਿੰਡਾ ਬਲਾਕ ਦਾ ਜਿਹੜਾ ਮਾਣ ਪੱਤਾ ਹੈਗਾ ਸਟੇਟ ਗਵਰਨਮੈਂਟ ਦਾ ਸ਼ੇਅਰ ਹੈਗਾ ਉਹ ਸਾਡਾ ਕਿਉਂ ਰੋਕਿਆ ਹੋਇਆ 11 ਮਹੀਨਿਆਂ ਤੋਂ? ਜੇ ਨਹੀਂ ਦਿੱਤਾ ਜਾਂਦਾ ਤੇ ਜੀ ਸਾਡੀ ਸਟੇਟ ਬੋਡੀ ਦੀ ਜਿਹੜੀ ਮੀਟਿੰਗ ਹੋ ਚੁੱਕੀ ਹੈ ਚੰਡੀਗੜ੍ਹ, ਉਹਨਾਂ ਨੇ ਸਾਡੇ ਤੋਂ 15 ਦਿਨਾਂ ਦਾ ਸਮਾਂ ਮੰਗਿਆ ਸੀ ਤੇ 15 ਦਿਨ ਉਹ ਹੋ ਚੁੱਕੇ ਨੇ ਤੇ ਨੈਕਸਟ ਜਿਵੇਂ ਵੀ ਸਾਡੀ ਜਥੇਬੰਦੀ ਫੈਸਲਾ ਦੇਊਗੀ ਅਸੀਂ ਧਰਨਾ ਕਰਾਂਗੇ, ਰੋਸ ਪ੍ਰਦਰਸ਼ਨ ਕਰਾਂਗੇ, ਕੁਛ ਵੀ ਕਰਾਂਗੇ, ਜੋ ਸਾਡੀ ਜਥੇਬੰਦੀ ਸਾਨੂੰ ਜੋ ਪ੍ਰੋਗਰਾਮ ਉਲੀਕਿਆ ਜਾਊਗਾ ਅਸੀਂ ਉਹਦੇ ਤੇ ਫੁੱਲ ਚੜਾਵਾਂ। ਹਾਂਜੀ, ਮੈਂ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ। ਅੱਜ ਅਸੀਂ ਇੱਥੇ ਸਰਕਾਰ ਦੇ ਕੋਲ ਵਿਰੋਧ ਦਰਜ ਕਰਾਉਣ ਲਈ ਇਕੱਠੇ ਹੋਏ ਹਾਂ। ਇੱਕ ਤਾਂ ਜਿਹੜੇ ਸਾਡੇ ਕਿਸਾਨ ਵੀਰਾਂ ਨੇ ਅੱਜ ਬੰਦ ਦਾ ਐਲਾਨ ਕੀਤਾ, ਅਸੀਂ ਉਹਦਾ ਸਮਰਥਨ ਕਰਦੇ ਹਾਂ, ਅਤੇ ਦੂਸਰਾ ਪੰਜਾਬ ਸਰਕਾਰ ਨੇ ਸਾਡੇ ਤੋਂ 3 ਤੋਂ 6 ਸਾਲ ਦੇ ਜਿਹੜੇ ਬੱਚੇ ਖੋਲ੍ਹੇ ਹੈ, ਸਾਡੇ ਸਿੱਖਿਆ ਮੰਤਰੀ ਨੇ ਇਹ ਬਿਆਨ ਦਿੱਤਾ ਕਿ 3 ਤੋਂ 6 ਸਾਲ ਦੇ ਬੱਚੇ ਸਕੂਲਾਂ 'ਚ ਹੋਣਗੇ
ਨਰਸਰੀ ਕੇ ਜੀ ਕਲਾਸਾਂ ਜਿਹੜੀਆਂ ਹੁਣ ਸਕੂਲਾਂ ਵਿੱਚ ਚੱਲਣਗੀਆਂ, ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ। ਇਹ ਬੱਚੇ ਜਿਹੜੇ ਨੈਸ਼ਨਲ ਪਾਲਿਸੀ 2020 ਹੈ ਉਹਦੇ ਆਧਾਰ ਤੇ ਆਂਗਨਵਾੜੀ ਵਰਕਰ ਕੋਲ ਹੀ ਰਹਿਣੇ ਚਾਹੀਦੇ ਹੈ ਤੇ ਬਕਾਇਦਾ ਆਂਗਨਵਾੜੀ ਵਰਕਰ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਅਸੀਂ ਇਹੀ ਵਿਰੋਧ ਦਰਜ ਕਰਾਉਣ ਲਈ ਇੱਥੇ ਇਕੱਠੇ ਹੋਏ ਹਾਂ। ਤੇ ਸਾਡੀ ਇੱਕ ਹੋਰ ਸਮੱਸਿਆ ਜਿਹੜੀ ਹੈ ਬਠਿੰਡਾ ਬਲਾਕ ਬਾਲ ਭਲਾਈ ਕੌਂਸਲ ਦੇ ਅੰਡਰ ਚੱਲ ਰਿਹਾ, ਇਹਦੇ ਵਿੱਚ ਸਾਨੂੰ ਪਿਛਲੇ 11 ਮਹੀਨੇ ਤੋਂ ਸਟੇਟ ਦਾ ਮਾਨ ਭੱਤਾ ਨਹੀਂ ਮਿਲਿਆ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ ਮਾਨ ਭੱਤਾ ਜਲਦੀ ਤੋਂ ਜਲਦੀ ਰਿਲੀਜ਼ ਕੀਤਾ ਜਾਵੇ, ਕਿਉਂਕਿ ਪਹਿਲਾਂ ਤਾਂ ਸਰਕਾਰ ਇਹ ਕਹਿ ਕੇ ਪੱਲਾ ਝਾੜਦੀ ਸੀ ਕਿ ਸੈਂਟਰ ਸਰਕਾਰ ਨੇ ਕੋਈ ਕਿਸੇ ਸਟੇਟ ਤੇ ਜਿਹੜੇ NGO ਹੈ ਉਹਦੇ ਤੇ FIR ਕੀਤੀ ਹੋਈ ਹੈ ਜਿਸ ਕਰਕੇ ਸਾਨੂੰ ਮਨਜ਼ੂਰੀ ਨਹੀਂ ਮਿਲ ਰਹੀ, ਲੇਕਿਨ ਸੈਂਟਰ ਗਵਰਨਮੈਂਟ ਨੇ ਸਾਡਾ ਮਸਲਾ ਹੱਲ ਕਰਕੇ ਸਾਡੀ ਜਿਹੜੀ ਸੈਂਟਰ ਦੀ ਤਨਖਾਹ ਸਾਨੂੰ ਦੇ ਦਿੱਤੀ ਹੈ, ਸਾਡਾ ਮਾਨ ਭੱਤਾ ਜੋ ਬਣਦਾ ਸੀ ਸਾਨੂੰ ਦੇ ਦਿੱਤਾ। ਪੰਜਾਬ ਸਰਕਾਰ ਪਿਛਲੇ 11 ਮਹੀਨੇ ਤੋਂ ਅਜੇ ਤੱਕ ਸਾਡੇ ਮਾਨ ਭੱਤੇ ਨੂੰ ਰਿਲੀਜ਼ ਨਹੀਂ ਕੀਤਾ। ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡਾ ਇਹ ਮਾਨ ਭੱਤਾ ਰਿਲੀਜ਼ ਕੀਤਾ ਜਾਵੇ, ਸਾਡੇ 3 ਤੋਂ 6 ਸਾਲ ਦੇ ਬੱਚੇ ਆਂਗਨਵਾੜੀ ਵਰਕਰ ਨੂੰ ਵਾਪਸ ਦਿੱਤੇ ਜਾਣ ਤੇ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਨਹੀਂ ਤਾਂ ਸਾਡਾ ਜੋ ਵੀ ਸਟੇਟ ਕਮੇਟੀ ਦੇ ਅਨੁਸਾਰ ਜੋ ਵੀ ਸਾਡਾ ਅਗਲਾ ਸੰਘਰਸ਼ ਲਿਖਿਆ ਜਾਏਗਾ ਅਸੀਂ ਉਹਦੇ ਵਿੱਚ ਵੱਧ ਚੜ੍ਹ ਕੇ ਸਾਥ ਲਵਾਂਗੇ।